ਦੇਖ ਰਹੇ ਸਾਰੇ ਹੀ ਸਰੋਤੇ ਆਨ ਜੀ ਆਨ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਜ਼ੋਨਮੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਬੀਜੇਪੀ ਗੱਠ ਜੋੜ ਦੇ 11 ਸੰਕਲਪ ਸਟੂਡੈਂਟਸ ਨੂੰ 1000 ਰੁਪਏ ਮਹੀਨਾ ਕਿਸਾਨਾਂ ਦੇ ਲਈ ਕੀਤੇ ਇਹ ਵਾਅਦੇ ਪੰਜਾਬ ਦੇ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਬੋਟਾ ਪੈਣ ਵਿੱਚ ਕੁਝ ਦਿਨ ਹੀ ਬਾਕੀ ਹਨ ਤੇ ਸਿਆਸੀ ਪਾਰਟੀਆਂ ਪ੍ਰਚਾਰ ਵਿੱਚ ਰੁੱਝੀਆਂ ਹੋਈਆਂ ਹਨ ਇਸ ਨੂੰ ਲੈ ਕੇ ਨੈਸ਼ਨਲ ਡੈਮੋਕਰੈਟਿਕ ਗੱਠ ਜੋੜ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਵਿੱਚ 11 ਸੰਕਲਪ ਦਾ ਏਜੰਡਾ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਸਰਕਾਰ ਵਾਂਨ ਤੇ 5 ਏਕੜ ਤੋਂ ਘੱਟ ਜ਼ਮੀਨ ਵਾਲੇ ਖਜ਼ਾਨਾ ਦਾ ਸਾਰਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ 80 ਤੇ 90 ਦੇ ਦਹਾਕੇ ਦੌਰਾਨ ਅੱਤਵਾਦ ਵਿੱਚ ਮਾਰ ਅਤਵਾਦ ਦੀ ਮਾਰ ਹੇਠਾਂ ਇਹ ਪਰਿਵਾਰਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਵਿਦਿਆਰਥੀਆਂ ਨੂੰ 1000 ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ। ਇਹ ਸੰਕਲਪ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਹਰਦੀਪ ਸਿੰਘ ਪੂਰੀ ਨੇ ਪੰਜਾਬ ਲੋਕ ਕਾਂਗਰਸ ਦੇ ਸੰਸਥਾਪਕ ਕੈਪਟਨ ਮਰਿੰਦਰ ਸਿੰਘ ਸ਼ਰੂਮ ਨੇ ਅਕਾਲੀ ਦਲ ਸੰਜੁਗਤ ਦੇ ਮੁਖੀ ਸੁਖਦੇਵ ਸਿੰਘ ਢੀਂਡਸਾਹ ਨੇ ਜਾਰੀ ਕੀਤਾ। 8 ਫਰਵਰੀ ਤੱਕ ਰਿਮਾਂਡ ਤੇ ਸੀਐਮ ਚੰਨੀ ਦਾ ਪਤੀਜਾ ਭੁਪਿੰਦਰ ਹਣੀ ਰੇਤ ਦੀ ਨਜਾਇਜ਼ ਮਾਈਨਿੰਗ ਮਾਮਲੇ ਵਿੱਚ ਗ੍ਰਿਫਤਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਪਤੀਜੇ ਭੁਪਿੰਦਰ ਹਣੀ ਨੂੰ 8 ਫਰਵਰੀ ਤੱਕ ਰਿਮਾਂਡ ਤੇ ਭੇਜ ਦਿੱਤਾ ਗਿਆ ਹਣੀ ਨੂੰ ਜਲੰਧਰ ਦੇ ਸੀਜੀਐਮ ਅਦਾਲਤ ਵਿੱਚ ਪੇਸ਼ ਕੀਤਾ ਗਿਆ ਦੱਸਦੀਏ ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹਣੀ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਇਸ ਤਰ੍ਹਾਂ ਉਸ ਦੇ ਕੋਲੋਂ ਬਰਾਮਦ ਹੋਈ ਨਗਦੀ ਬਾਰੇ ਪੋਚਗੱਜ ਕੀਤੀ ਗਈ ਜਿਸ ਦੇ ਨਾਲ ਹੀ ਹਣੀ ਪੈਸਿਆਂ ਨੂੰ ਲੈ ਕੇ ਟਾਲਮਟੋਲ ਦੇ ਜਵਾਬ ਦਿੰਦਾ ਰਿਹਾ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਜੀਠੀਆ ਨੇ ਗਰਦਾਸਪੁਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਜੋਸਫ ਨੂੰ ਅਕਾਲੀ ਦਲ ਵਿੱਚ ਕਰਵਾਇਆ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਗਰਦਾਸਪੁਰ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਜੋਸਫ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਾ ਕਿਉਂਕਿ ਹਲਕਾ ਪੂਰਬੀ ਦੇ ਕਈ ਲੋਕ ਜਿਹੜੇ ਕਾਂਗਰਸ ਛੱਡ ਚੁੱਕੇ ਨੇ ਅਕਾਲੀ ਦਲ ਚ ਸ਼ਾਮਲ ਹੋ ਰਹੇ ਨੇ ਸਿੱਧੂ ਨੇ ਹਿੰਦੂ ਭਾਈਚਾਰੇ ਨੂੰ ਅਪਮਾਨਿਤ ਕੀਤਾ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਹਿੰਦੂ ਭਾਈਚਾਰੇ ਨੂੰ ਸਿੱਧੂ ਵੱਲੋਂ ਅਪਮਾਨਿਤ ਕੀਤਾ ਜਾ ਰਿਹਾ ਉਸ ਤੇ ਸੁਨੀਲ ਜਾਖੜ ਦਾ ਬਿਆਨ ਵੀ ਸਾਹਮਣੇ ਆਇਆ ਹੈ ਸਿੱਧੂ ਨੇ ਅਪਮਾਨਿਤ ਕਰਨ ਦਾ ਕੰਮ ਖੁਦ ਸ਼ੁਰੂ ਕੀਤਾ ਸਿੱਧੂ ਕਰ ਰਿਹਾ ਹੈ ਕਾਂਗਰਸ ਦੀਆਂ ਨੀਹਾਂ ਕਮਜ਼ੋਰ ਸਿੱਧੂ ਆਪਣੇ ਪ੍ਰਧਾਨ ਰਾਹੁਲ ਦੀ ਪਸੰਦ ਨਕਾਰ ਰਿਹਾ ਹੈ ਅੰਮ੍ਰਿਤਸਰ ਤੋਂ ਨੇ 18 ਸਾਲ ਸੰਤਾਪ ਹੋ ਗਿਆ ਹੈ ਕਾਂਗਰਸ ਦੀਆਂ ਨੀਤੀਆਂ ਮਾੜੀਆਂ ਨੇ ਉਧਰੋਂ ਰੋਸ਼ਨ ਜੋਸਫ ਜਿਹੜੇ ਕਿ ਗਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਵੀ ਵੱਡੇ ਬਿਆਨ ਆਏ ਨੇ ਚੰਨੀ ਦੇ ਵੱਲੋਂ ਪੰਜਾਬ ਵਿੱਚ ਧਰਮ ਪਰਿਵਰਤਨ ਬਾਰੇ ਦਿੱਤਾ ਗਿਆ ਬਿਆਨ ਬੇहद ਸ਼ਰਮਨਾਕ ਸਿਰਸਾ ਪਰ ਉਸ ਤੋਂ ਪਹਿਲਾਂ ਦੋਸਤੋ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਭਾਜਪਾ ਦੇ ਸਿੱਖ ਨੇਤਾ ਮਨਜਿੰਦਰ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਸੂਬੇ ਦੇ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ ਦਿੱਤੇ ਬਿਆਨ ਦੀ ਜ਼ੋਰਦਾਰ ਨਖੇਦੀ ਕੀਤੀ ਹੈ ਦੱਸਣਯੋਗ ਹੈ ਕਿ ਚੰਨੀ ਨੇ ਇੱਕ ਟੀਵੀ ਇੰਟਰਵਿਊ ਵਿੱਚ ਕਿਹਾ ਸੀ ਕਿ ਸ਼ਾਇਦ ਪਿਆਰ ਨਾ ਮਿਲਣ ਕਾਰਨ ਸਿੱਖ ਜੋ ਹੈ ਉਹ ਈਸਾਈ ਧਰਮ ਅਪਣਾ ਰਹੇ ਹਨ ਇੱਥੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਸਿਰਸਾ ਨੇ ਕਿਹਾ ਕਿ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਚੰਨੀ ਈਸਾਈਆਂ ਦੀਆਂ ਚੰਦ ਬੋਟਾਂ ਲੈਣ ਦੀ ਖਾਤਰ ਅਜਿਹਾ ਸ਼ਰਮਨਾਕ ਬਿਆਨ ਦੇ ਰਿਹਾ ਹੈ ਬਰਜਿੰਦਰ ਸਿੰਘ ਹਸੈਨਪੁਰ ਦੀ ਪੁਚ ਗਿਆ ਚਲੀ ਪੁਲਿਸ ਨੂੰ ਨਹੀਂ ਮਿਲਿਆ ਰਿਮਾਂਡ ਉੱਗੇ ਕਾਰੋਬਾਰੀ ਤੇ ਸਮਾਜ ਸੇਵੀ ਬਰਜਿੰਦਰ ਸਿੰਘ ਹਸੈਨਪੁਰ ਨੂੰ ਬੀਤੇ ਰਾਤ 10 ਵਜੇ ਦੇ ਕਰੀਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਰਿਟਰਨਿੰਗ ਅਫਸਰ ਨਵਾਂ ਸ਼ਹਿਰ ਵੱਲੋਂ ਕੀਤੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਥਾਣਾ ਸਿਟੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਕੜਨਾ ਨੇ ਨਾ ਤਾਂ ਸਿਰਫ ਲੋਕਾਂ ਨੂੰ ਹੈਰਾਨ ਕਰ ਦਿੱਤਾ ਸਗੋ ਹੋਰ ਵੀ ਰੋਹ ਦੇ ਇੱਕ ਨੂੰ ਮਿਲਿਆ ਦੱਸਣਯੋਗ ਹੈ ਕਿ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਵਿੱਚ ਬੌਧਨ ਸਮਾਜ ਪਾਰਟੀ ਵੱਲੋਂ ਪਹਿਲਾਂ ਨਿਸ਼ਤਰਪਾਲ ਰਾਹ ਨੂੰ ਟਿਕਟ ਦਿੱਤੀ ਗਈ ਸੀ ਬਾਅਦ ਉਹ ਤੋਂ ਬਾਅਦ ਬਰਜਿੰਦਰ ਸਿੰਘ ਹਸੈਨਪੁਰ ਨੇ ਰਿਟਰਨਿੰਗ ਅਫਸਰ ਕੋਲ ਆਪਣਾ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ ਜਾਣ ਤੇ ਬੌਧਨ ਸਮਾਜ ਪਾਰਟੀ ਵੱਲੋਂ ਉਮੀਦਵਾਰ ਬਦਲ ਕੇ ਨਿਸ਼ਤਰਪਾਲ ਦੀ ਜਗ੍ਹਾ ਤੇ ਬਰਜਿੰਦਰ ਸਿੰਘ ਹਸੈਨਪੁਰ ਨੂੰ ਟਿਕਟ ਦਿੱਤੀ ਗਈ ਇੱਕ ਪਾਰਟੀ ਤੋਂ ਦੋ ਉਮੀਦਵਾਰਾਂ ਦੀ ਦਾਅਵੇਦਾਰੀ ਉਪਰੰਤ ਉੱਥੇ ਸਥਿਤੀ ਅਜੀਬੋ ਗਰੀਬ ਬਣ ਗਈ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚੋਂ ਬਾਹਰ ਹੋਣ ਮਗਰੋਂ ਮਨੀਸ਼ ਤਿਵਾੜੀ ਨੇ ਆਖੀ ਵੱਡੀ ਗੱਲ ਉਹਨਾਂ ਨੇ ਕਿਹਾ ਜੀ ਅਜੇਹੀ ਸੂਚੀ ਬਣਾਉਣ ਵਾਲਿਆਂ ਨੂੰ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਉਹਨਾਂ ਆਖਿਆ ਕਿ ਉਹਨਾਂ ਨੂੰ ਲੱਗਦਾ ਮੈਂ ਇਸ ਦੇ ਕਾਬਲ ਨਹੀਂ ਕਿ ਮੇਰਾ ਨਾਮ ਪੰਜਾਬ ਦੀ ਸੂਚੀ ਵਿੱਚ ਹੋਵੇ ਇਸ ਲਈ ਮੈਂ ਪੰਜਾਬ ਜਾਂ ਮੈਂ ਪੰਜਾਬ ਦੇ ਲਈ ਯੋਗਦਾਨ ਪਾ ਸਕਦਾ ਮੇਰਾ ਨਾਮ ਪੱਛਮੀ ਬੰਗਾਲ ਅਤੇ ਅਸਾਮ ਦੀ ਸੂਚੀ ਵਿੱਚ ਹੋ ਸਕਦਾ ਹੈ ਪਰ ਪੰਜਾਬ ਵਿੱਚ ਨਹੀਂ ਸੂਚੀ 'ਚ ਕੁਝ ਨਾਮ ਅਜੇ ਇਹ ਹਨ ਜਿਨ੍ਹਾਂ ਦੇ ਕਹਿਣ ਉੱਤੇ ਉਹਨਾਂ ਦੀ ਘਰਵਾਲੀ ਦੀ ਵੀ ਵੋਟ ਨਹੀਂ ਪਾਵੇਗੀ ਇਨਾਂ ਬਾਰੇ ਮੈਂ 20 ਫਰਵਰੀ ਤੋਂ ਬਾਅਦ ਦੱਸਾਂਗਾ ਕਾਂਗਰਸ ਨੇ ਪੰਜਾਬ ਨੂੰ 5 ਸਾਲਾਂ ਵਿੱਚ ਦੋ ਬੇਈਮਾਨ ਮੁੱਖ ਮੰਤਰੀ ਦਿੱਤੇ ਭਗਵੰਤ ਮਾਨ ਸੋ ਦੋਸਤੋ ਤੁਸੀਂ ਭਗਵੰਤ ਮਾਨ ਦੇ ਇਸ ਬਿਆਨ ਪ੍ਰਤੀ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ ਤੁਹਾਡੇ ਹਿਸਾਬ ਦੇ ਨਾਲ ਕਿਹੜਾ ਮੁੱਖ ਮੰਤਰੀ ਬੇਈਮਾਨ ਨਹੀਂ ਆ ਉਸ ਦਾ ਨਾਮ ਵੀ ਕਮੈਂਟ ਸੈਕਸ਼ਨ 'ਚ ਜ਼ਰੂਰ ਲਿਖੋ ਹਰ ਮੌਕੇ ਤੇ ਮੁੱਖ ਮੰਤਰੀ ਚੰਨੀ ਦਾ ਪੁੱਤੀਜਾ ਹਣੀ ਰਹਿੰਦਾ ਸੀ ਨਾਲ ਪੁੱਤੀਜੇ ਰਾਹੀਂ ਸਾਰਾ ਪੈਸਾ ਚਾਚਾ ਚੰਨੀ ਤੱਕ ਪਹੁੰਚਾਉਂਦਾ ਸੀ ਭਗਵੰਤ ਮਾਨ ਸੋ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਵਿੱਚ ਪੂਰੀ ਤਰ੍ਹਾਂ ਮਾਫੀਆ ਕਾਬਜ਼ ਸੀ ਰੇਤ ਅਤੇ ਨਸ਼ਿਆਂ ਦਾ ਗੈਰ ਕਾਨੂੰਨੀ ਕਾਰੋਬਾਰ ਕਰਨ ਲਈ ਮਾਫੀਆ ਨੂੰ ਸਰਕਾਰੀ ਸੁਰੱਖਿਆ ਦਿੱਤੀ ਜਾਂਦੀ ਸੀ ਕਾਂਗਰਸ ਨੇ ਆਪਣੇ 5 ਸਾਲਾਂ ਦੇ ਰਾਜ ਦੌਰਾਨ ਪੰਜਾਬ ਨੂੰ ਦੋ ਬੇਈਮਾਨ ਮੁੱਖ ਮੰਤਰੀ ਦਿੱਤੇ ਪਿਛਲੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਮਾਫੀਆ ਨੂੰ ਹੱਲਾਸ਼ੇਰੀ ਦੇਣ ਦੇ ਲਈ ਕਈ ਮਾਫੀਆ ਨਾਲ ਜੁੜੇ ਲੋਕਾਂ ਨੂੰ ਆਪਣੀ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ। ਉਹਨਾਂ ਦੀ ਸਰਪ੍ਰਸਤੀ ਕੀਤੀ ਦੂਜਾ ਮੁੱਖ ਮੰਤਰੀ ਚੰਨੀ ਆਪਣੇ ਰਿਸ਼ਤੇਦਾਰਾਂ ਰਾਹੀਂ ਖੁਦ ਰੇਤ ਮਾਫੀਆ ਨੂੰ ਚਲਾਉਂਦਾ ਸੀ। ਸ਼ੁੱਕਰਵਾਰ ਨੂੰ ਚੋਣ ਪ੍ਰਚਾਰ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਹ ਉਪਰੋਕਤ ਗੱਲਾਂ ਭਗਵੰਤ ਮਾਨ ਨੇ ਕਹੀਆਂ। ਭ੍ਰਸ਼ਟਾਚਾਰ ਅਤੇ ਮਾਫੀਆ ਦਾ ਖਾਤਮਾ ਕਰਕੇ ਦੇਸ਼ 'ਚੋਂ ਇਮਾਨਦਾਰ ਸ਼ਾਸਨ ਦੀ ਮਿਸਾਲ ਕਾਇਮ ਕਰਾਂਗੇ ਭਗਵੰਤਮਾਨ। ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਮਿਸ਼ਨ ਪੰਜਾਬ 2022 ਤਹਿਤ ਬਰਨਾਲਾ ਤੇ ਮਹਿਲਕਲਾ ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਇਲਾਕਿਆਂ 'ਚ ਚੋਣ ਪ੍ਰਚਾਰ ਕੀਤਾ ਚੋਣ ਕਮਿਸ਼ਨ ਦੇ ਕੋਵਰਡ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਾਨ ਨੇ ਲੋਕਾਂ ਨੂੰ ਸੰਬੋਧਨ ਕੀਤਾ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਬਰਨਾਲਾ ਤੇ ਮਹਿਲਕਲਾ ਦੇ ਲੋਕਾਂ ਵਿੱਚ ਮਾਨ ਦੇ ਪ੍ਰਤੀ ਉਤਸ਼ਾਹ ਸੀ ਥਾਂ-ਥਾਂ ਤੇ ਲੋਕਾਂ ਨੇ ਭਗਵੰਤ ਮਾਨ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਸਵਾਗਤ ਕੀਤਾ ਹਾਰ-ਪਾ ਕੇ ਜਿੱਤ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸਮਾਜ ਸੇਵੀ ਵਰਜਿੰਦਰ ਹਸੈਨਪੁਰੀ ਦੀ ਗ੍ਰਿਫਤਾਰੀ ਤੋਂ ਬਾਅਦ ਕੋਰਟ ਵਿੱਚ ਹੋਈ ਪੇਸ਼ੀ ਜਿੱਥੇ ਵਕ ਵਕ ਤਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅੱਜ ਉਹਨਾਂ ਨਵਾਂ ਸ਼ਹਿਰ ਕੋਰਟ ਕੰਪਲੈਕਸ ਦੇ ਵਿੱਚ ਪੇਸ਼ੀ ਲਈ ਲਿਆਂਦਾ ਗਿਆ ਰਹਿਤ ਮਰਿਆਦਾ ਅਨੁਸਾਰ ਮੀਟ ਛਟਕਾ ਮੀਟ ਖਾਣ ਤੇ ਕੋਈ ਮਨਾਹੀ ਨਹੀਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਰਹਿਤ ਮਰਿਆਦਾ ਸਬੰਧੀ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਬੱਕਰੇ ਦਾ ਛਟਕਿਆ ਮੀਟ ਖਾਣ ਦੀ ਗੱਲ ਕਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਸ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੇ ਜਥੇ ਰਹਿਤ ਮਰਿਆਦਾ ਵਿੱਚ ਵੱਖ-ਵੱਖ ਕ੍ਰੀਤੀਆਂ ਦੀ ਗੱਲ ਕਹੀ ਉੱਥੇ ਲੰਬੇ ਸਮੇਂ ਤੋਂ ਪੈਦਾ ਹੋਈ ਦੁਬਿੱਧਾ ਮਾਸ ਖਾਣ ਸੰਬੰਧੀ ਵੀ ਗੱਲ ਕੀਤੀ ਜਥੇਦਾਰ ਨੇ ਰਹਿਤ ਮਰਿਆਦਾ ਦਾ ਹਵਾਲਾ ਦੇ ਕੇ ਕਿਹਾ ਕਿ ਛਟਕੇ ਦਾ ਮੀਟ ਖਾਣ ਦੀ ਮਨਾਈ ਨਹੀਂ ਕੁੱਟਾ ਜਾਂ ਮਰੇ ਹੋਏ ਦਾ ਮੀਟ ਖਾਣ ਸੰਬੰਧੀ ਮਨਾਈ ਹੈ। ਲੋਕ ਆਪਣੇ ਆਪਣੇ ਵਿਚਾਰ ਰੱਖ ਸਕਦੇ ਨੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਰੱਖੋ ਸਿੱਖ ਭਾਵਨਾਵਾਂ ਤੇ ਪਾਕਿਸਤਾਨ ਨੇ ਮਾਰੀ ਕਰਾਰੀ ਸੱਟ ਮਾਣਯੋਗ ਜਉਦੇ ਹਰੀ ਸਿੰਘ ਨਲਵਾ ਦਾ ਬੁੱਧ ਹਟਾਇਆ ਪਾਕਿਸਤਾਨ ਵਿੱਚ ਇੱਕ ਵਾਰ ਫਿਰ ਤੋਂ ਕੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਖੈਬਰ ਪਖਤੂਨਖਵਾ ਦੇ ਹਰੀਪੁਰ ਦੇ ਸਥਾਨ ਦੇ ਪ੍ਰਸ਼ਾਸਨ ਨੇ ਸਦੀਕੀ ਐ ਅਕਬਰ ਚੌਂਕ ਵਿੱਚੋਂ ਸਿੱਖ ਮਹਾਨ ਜਰਨੈਲ ਹਰੀ ਸਿੰਘ ਨਲਵਾ ਦਾ ਬੁੱਤ ਹਟਾ ਦਿੱਤਾ 8 ਫੁੱਟ ਉੱਚਾ ਤਾਂਤ ਦਾ ਢਾਂਚਾ ਸਤੰਬਰ ਵਿੱਚ ਬਣਾਇਆ ਗਿਆ ਸੀ ਬੁੱਤ ਸ਼ਹਿਰ ਦੇ ਸੁੰਦਰੀਕਰਨ ਯੋਜਨਾ ਤਹਿਤ ਲਾਇਆ ਗਿਆ ਸੀ ਰਿਪੋਰਟਾਂ ਦੇ ਮੁਤਾਬਕ ਮੂਰਤੀ ਦੇ ਨਾਲ ਨਾਲ ਇਸ ਠੋਸਰ ਦਾਰ ਦੀ ਕੀਮਤ 25 ਲੱਖ ਹੈ ਇਸ ਨੂੰ ਚੌਰਾਹੇ ਨੂੰ ਲੈ ਕੇ ਧਾਰਮਿਕ ਸਮੂਹਾਂ ਨੇ ਇਤਰਾਜ਼ ਜਤਾਇਆ ਸੀ ਇਸ ਤੋਂ ਬਾਅਦ ਪ੍ਰਸ਼ਾਸਨ ਨੇ ਸਮਰਕਾਸਮਾਰਕ ਚੌਂਕ ਨੂੰ ਇਸ ਨੂੰ ਹਟਾ ਦਿੱਤਾ ਹੈ ਚੌਰਾਹੇ ਦਾ ਨਾਮ ਇਸਲਾਮ ਦੇ ਪਹਿਲੇ ਖਲੀਫਾ ਹਜ਼ਰਤ ਅਬਦੁਲ ਬਕਰ ਦੇ ਨਾਂ ਤੇ ਰੱਖਿਆ ਗਿਆ ਹੈ ਪੰਜਾਬ ਚ ਚੋਣ ਰੈਲੀ ਚ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ਰਾਹੁਲ ਗਾਂਧੀ ਤੇ ਸਾਧਿਆ ਨਿਸ਼ਾਨਾ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਆਗੂ ਅਤੇ ਸੀਨੀਅਰ ਕਾਂਗਰਸ ਰੱਖਿਆ ਮੰਤਰੀ ਰਾਜਨਾਥ ਸਿੰਘ ਪੰਜਾਬ ਦੌਰੇ ਤੇ ਹਨ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਰਾਜਨਾਥ ਸਿੰਘ ਪਹਿਲੇ ਆਗੂ ਹਨ ਜੋ ਪੰਜਾਬ ਵਿੱਚ ਆਏ ਨੇ ਹਸ਼ਿਆਰਪੁਰ ਵਿਧਾਨ ਸਭਾ ਹਲਕੇ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਸੰਸਦ ਤੋਂ ਜੋ ਇਹਾ ਉਹ ਦੁਖੀ ਹੈ ਰਾਹੁਲ ਗਾਂਧੀ ਨੇ ਸੰਸਦ ਨੂੰ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਨਵਜੋਤ ਸਿੱਧੂ ਦਾ ਕੈਪਟਨ ਮਰਿੰਦਰ ਤੇ ਹਮਲਾ ਕਿਹਾ ਕਪਤਾਨ ਖੁਦ ਮਾਫੀਆ ਸੀ ਹਿੱਸਾ ਲੈਂਦੇ ਸੀ ਇਸ ਲਈ ਕੱਢਿਆ ਗਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਪਾਰਟੀ ਹਾਈ ਕਮਾਂਡ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ ਉਸ ਤੇ ਵਿਚਾਰ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਜੀ ਕੈਪਟਨ ਮਰਿੰਦਰ ਸਿੰਘ ਤੇ ਹਮਲਾ ਕੀਤਾ ਉਹਨਾਂ ਨੇ ਕਿਹਾ ਜੀ ਕਫਤਾਨ ਦਾ ਖੁਦ ਮਾਫੀਆ ਦਾ ਹਿੱਸਾ ਲੈਂਦਾ ਸੀ ਇਸ ਕਰਕੇ ਕਾਂਗਰਸ ਨੇ ਉਸ ਨੂੰ ਬਾਹਰ ਕੱਢ ਦਿੱਤਾ ਪੰਜਾਬ ਅਤੇ ਹੋਰ ਰਾਜਾਂ ਦੇ ਬਾਈ ਅਪਰਾਧੀਆਂ ਦੇ ਕਰਨਾਲ ਚ ਬਣਾ ਦਿੱਤੇ ਗਏ ਜਾਲੀ ਪਾਸਪੋਰਟ ਪੰਜਾਬ ਅਤੇ ਹੋਰ ਰਾਜਾਂ ਦੇ ਬਾਈ ਅਪਰਾਧੀਆਂ ਦੇ ਕਰਨਾਲ ਵਿੱਚ ਜਾਲੀ ਪਾਸਪੋਰਟ ਬਣਾ ਦਿੱਤੇ ਗਏ ਹਨ ਇਹਨਾਂ ਵਿੱਚ ਅਤਵਾਦੀ ਗਤੀਵਧੀਆਂ ਵਿੱਚ ਫੜੇ ਗਏ ਪੰਜਾਬ ਦੇ ਰਹਿਣ ਵਾਲੇ ਪਵਨਦੀਪ ਉਰਫ ਤੀਤਾ ਹਰਜੀਤ ਉਰਫ ਜੀਤਾ ਵੀ ਸ਼ਾਮਲ ਨੇ ਹਰੇਕ ਵਿਰੁੱਧ 10 12 ਐਫ ਆਈ ਆਰ ਦਰਜ ਨੇ ਇਹ ਸਾਰੇ ਵਿਦੇਸ਼ ਭਜਨ ਦੀ ਕੋਸ਼ਿਸ਼ ਕਰ ਰਹੇ ਸਨ ਐਨ ਆਈਏ ਤੇ ਆਈਬੀ ਦੀ ਇਨਪੁਟ ਤੋਂ ਬਾਅਦ ਸਰਗਰਮ ਹੋਈ ਹਰਿਆਣਾ ਪੁਲਿਸ ਦੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਜਿਸ ਤੋਂ ਬਾਅਦ ਕਰਨਾਲ ਪੁਲਖ ਨੇ 8 ਵਕ ਵਕ ਐਫ ਆਈ ਆਰ ਦਰਜ ਕਰਕੇ ਪਾਸਪੋਰਟ ਬਣਾਉਣ ਵਾਲੇ ਗਰੋਹ ਦੇ 에ਜੰਟ ਦੋ ਪੁਲਿਸ ਮੁਲਾਜ਼ਮਾਂ ਤੇ ਲਈ 에ਅਰ ਪਾਸਪੋਰਟ ਦਫਤਰ ਦੇ ਇੱਕ ਅਧਿਕਾਰੀ ਸਮੇਤ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਪਾਸਪੋਰਟ ਬਣ ਚੁੱਕੇ ਹਨ ਉਹ ਫਰਾਰ ਹਨ ਉਨ੍ਹਾਂ ਦੀ ਗ੍ਰਿਫਤਾਰੀ ਲਈ ਹਰਿਆਣਾ ਪੁਲਿਸ ਪੰਜਾਬ ਪੁਲਿਸ ਦਿੱਲੀ ਯੂਪੀ ਦੇ ਸਮੇਤ ਵੱਖ-ਵੱਖ ਥਾਵਾਂ ਦੀ ਪੁਲਿਸ ਦੇ ਨਾਲ ਸੰਪਰਕ ਵਿੱਚ ਹਨ ਜਿਨ੍ਹਾਂ ਅਪਰਾਧੀਆਂ ਦੇ ਪਾਸਪੋਰਟ ਬਣਾਏ ਗਏ ਹਨ ਉਹਨਾਂ ਦੀਆਂ ਤਸਵੀਰਾਂ ਅਸਲੀ ਹਨ ਪਰ ਉਹਨਾਂ ਦੇ ਨਾਂ ਬਦਲ ਕੇ ਫਰਜੀ ਦਸਤਾਵੇਜ਼ ਤਿਆਰ ਕੀਤੇ ਹਨ ਚੰਡੀਗੜ੍ਹ ਤੋਂ ਸੇਵਾਮੁਕਤ ਫੌਜੀ ਨਾਲ 4.5 ਲੱਖ ਰੁਪਏ ਦੀ ਠੱਗੀ ਕੇवाईसी ਅਪਡੇਟ ਕਰਵਾਉਣ ਲਈ ਆਇਆ ਸੀ ਕਾਲ ਚੂਨ ਡਿਊਟੀ ਕਟਵਾਉਣ ਲਈ ਕਿਸੇ ਵੀ ਤਰ੍ਹਾਂ ਦੀ ਸਿਫਾਰਸ਼ ਨਾ ਕੀਤੀ ਜਾਵੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਗਰੀਸ਼ ਦਿਆਲਾ ਨੇ ਕਿਹਾ ਕਿ ਚੋਣਾਂ ਦੇ ਕੰਮ ਨੂੰ ਸਫਲਤਾਪੂਰਵਕ ਨਿਪਟਰੇ ਚਾੜਨਾ ਜ਼ਿਲ੍ਹਾ ਪ੍ਰਸ਼ਾਸਨ ਦਾ ਪਹਿਲਾ ਕੰਮ ਹੈ ਤੇ ਇਸ ਕੰਮ ਨੂੰ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਦੇ ਸਹਿਯੋਗ ਨਾਲ ਨਿਪਟਰੇ ਚਾੜਿਆ ਜਾ ਸਕਦਾ ਹੈ ਜ਼ਿਲ੍ਹਾ ਚੋਣ ਅਫਸਰ ਗਰੀਸ਼ ਦਿਆਲਾ ਨੇ ਕਿਹਾ ਕਿ ਚੋਣਾਂ ਦੇ ਕੰਮ ਨੂੰ ਨਿਪਰ ਚਾੜਨ ਦੇ ਲਈ ਕਿਸੇ ਵੀ ਅਧਿਕਾਰੀ ਅਤੇ ਕਰਮਚਾਰੀ ਨੂੰ ਬਿਨਾ ਕਿਸੇ ਵੈਲਡ ਰੀਜ਼ਨ ਤੋਂ ਛੁੱਟੀ ਨਹੀਂ ਦਿੱਤੀ ਜਾਵੇਗੀ। ਟ੍ਰਾਂਸਪੋਰਟ ਮੰਤਰਾਲੇ ਦਾ ਵੱਡਾ ਫੈਸਲਾ ਸੜਕ ਹਾਦਸਿਆਂ ਨੂੰ ਠੱਲ ਪਾਉਣ ਦੇ ਲਈ ਚੁੱਕਿਆ ਗਿਆ ਕਦਮ ਹਰ ਸਾਲ ਪੁਰਾਣੇ ਵਾਹਨਾਂ ਕਰਕੇ ਕਈ ਹਾਦਸੇ ਹੁੰਦੇ ਨੇ ਜਾਨਾਂ ਚਲੀਆਂ ਜਾਂਦੀਆਂ ਨੇ ਸਰਕਾਰ ਅਜਿਹੇ ਮਾਮਲਿਆਂ ਨੂੰ ਘੱਟ ਕਰਨ ਦੇ ਲਈ ਲਗਾਤਾਰ ਨਵੇਂ ਨਿਯਮਾਂ ਤੇ ਕੰਮ ਕਰ ਰਹੀ ਆ ਕਿਸੇ ਵੀ ਵਾਹਨ ਉਸ ਦੀ ਫਿਟਨੈਸ ਉਹ ਸਭ ਤੋਂ ਮਹੱਤਵਪੂਰਨ ਤੱਤ ਹੈ ਸਰਕਾਰ ਨੇ ਹੁਣ ਵਾਹਨਾਂ ਦੀ ਭੌਤਿਕ ਸਥਿਤੀ ਦੀ ਜਾਂਚ ਨੂੰ ਆਟੋਮੈਟਿਡ ਸੈਂਟਰ ਬਣਾਉਣ ਤੇ ਵਿਚਾਰ ਕਰ ਰਹੀ ਹੈ ਪੰਜਾਬ ਦੇ ਵਿੱਚ ਜਿੱਤ ਲਈ ਭਾਜਪਾ ਨੇ ਐਮਪੀ ਮਨੋਜ ਤਿਵਾੜੀ ਤੋਂ ਪੰਜਾਬੀ ਚ ਗਵਾਇਆ ਗੀਤ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਭਾਰਤੀ ਜਨਤਾ ਪਾਰਟੀ ਨੇ ਸ਼ੁੱਕਰਵਾਰ ਨੂੰ ਚੋਣਾਂ ਲਈ ਆਪਣੀ ਰਾਜ ਲਈ ਇਕਾਈ ਲਈ ਅਧਿਕਾਰਤ ਥੀਮ ਗੀਤ ਰਿਲੀਜ਼ ਕੀਤਾ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਇਹ ਥੀਮ ਗੀਤ ਗਾਇਆ ਹੈ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਪੁਰੀ ਨੇ ਇਸ ਦਿਨ ਬੁਲਤ ਦਿੱਤੇ ਨੇ ਟੀਜ਼ਰ ਚ ਪ੍ਰਧਾਨ ਮੋਦੀ ਨੂੰ ਪਾਰਟੀ ਦੇ ਚਿਹਰੇ ਵਜੋਂ ਦਿਖਾਇਆ ਗਿਆ ਹੈ ਮਿਊਜ਼ਿਕ ਵਿੱਚ ਪੰਜਾਬ ਦੇ ਅਮੀਰ ਵਿਰਸੇ ਅਤੇ ਵੀਡੀਓ ਮਿਊਜ਼ਿਕ ਵਿੱਚ ਸੱਭਿਆਚਾਰ ਨੂੰ ਵੀ ਦਰਸਾਇਆ ਗਿਆ ਹੈ ਇਸ ਵੀਡੀਓ ਦੀਆਂ ਤਸਵੀਰਾਂ ਦੀ ਇੱਕ ਲੜੀ ਵਿੱਚ ਭਾਜਪਾ ਨੇ ਪੰਜਾਬ ਦੇ ਪੀਐਮ ਮੋਦੀ ਦੀ ਸੁਰੱਖਿਆ ਲੰਘਣਾਂ ਦੀ ਤਸਵੀਰ ਲਾਈ ਹੈ ਤੇ ਭਾਜਪਾ ਨੇ ਇਸ ਗੀਟ ਨੂੰ ਟਵਿੱਟਰ ਤੇ ਅਪਲੋਡ ਕੀਤਾ ਹੈ ਭਾਰਤ ਵਿੱਚ ਪਿਛਲੇ 24 ਘੰਟਿਆਂ ਦੇ ਕਰੋਨਾ ਦੇ ਨਵੇਂ ਕੇਸ 149394 ਤੀਜੀ ਲਹਿਰ ਤੋਂ ਪਹਿਲੀ ਵਾਰ ਕੋਵਿਡ ਕੇਸ 1.5 ਲੱਖ ਤੋਂ ਟੱਗੇ ਸੋ ਇਹ ਵੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਨਵਜੋਤ ਸਿੰਘ ਸਿੱਧੂ ਦੀ ਹਾਈ ਕਮਾਂਡ ਤੇ ਤਿੱਖੀ ਟਿੱਪਣੀ ਕਿਹਾ ਆਪਣੀ ਤਾਲ ਤੇ ਨੱਚਣ ਵਾਲੇ ਸੀਐਮ ਚਾਹੁੰਦੀ ਹੈ ਸੀਨੀਅਰ ਲੀਡਰਸ਼ਿਪ ਪੰਜਾਬ ਕਾਂਗਰਸ ਦੇ ਸੀਐਮ ਚਿਹਰੇ ਦੇ ਐਲਾਨ ਤੋਂ ਪਹਿਲਾਂ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਹਾਈ ਕਮਾਂਡ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਆਪਣੇ ਸਮਰਥਕਾਂ ਵਿਚਕਾਰ ਪੁੱਜੇ ਸਿੱਧੂ ਨੇ ਕਹਿ ਕੇ ਜੇਕਰ ਪੰਜਾਬ ਨਵਾਂ ਬਣਾਉਣਾ ਤਾਂ ਇਹ ਮੁੱਖ ਮੰਤਰੀ ਦੇ ਹੱਥ ਵਿੱਚ ਹੈ ਇਸ ਵਾਰ ਤੁਹਾਨੂੰ ਮੁੱਖ ਮੰਤਰੀ ਚੁਣਨਾ ਹੈ ਟੌਪ ਲੀਡਰਸ਼ਿਪ ਇੱਕ ਕਮਜ਼ੋਰ ਮੁੱਖ ਮੰਤਰੀ ਚਾਹੁੰਦੀ ਆ ਜੋ ਉਸ ਦੀ ਤਾਲ ਦੇ ਨੱਚ ਸਕੇ ਕਿ ਤੁਸੀਂ ਅਜਿਹੇ ਮੁੱਖ ਮੰਤਰੀ ਚਾਹੁੰਦੇ ਹੋ ਇਸ ਗੱਲ ਨਵਜੋਤ ਸਿੱਧੂ ਦੇ ਸਮਰਥਕਾਂ ਵੱਲੋਂ ਕੀਤੀ ਨਾਰੇਬਾਜ਼ ਦੌਰਾਨ ਕਈ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕਾਂਗਰਸ ਦੇ ਵਿੱਚ ਹੰਗਾਮਾ ਮਚਿਆ ਹੋਇਆ ਹੈ ਫੇਸਬੁਕ ਯੂਜ਼ਰ ਦੀ ਘਟੀ ਗਿਣਤੀ ਖਰਾਬ ਤੇ ਮਾਹੀ ਨਤੀਜਿਆਂ ਕਾਰਨ ਮੇਟਾ ਦੇ ਸ਼ੇਰਾਂ ਵਿੱਚ 25 ਫੀਸਦੀ ਗਿਰਾਵਟ ਫੇਸਬੁਕ ਦੀ ਪੇਰੈਂਟ ਕੰਪਨੀ ਮੇਟਾ ਦੇ ਸ਼ੇਰ ਵੀਰਵਾਰ ਨੂੰ ਡਿੱਗ ਪਏ ਨੇ ਦਿਲਚਸਪ ਗੱਲ ਇਹ ਹੈ ਕਿ ਕੰਪਨੀ ਕਈ ਕਾਰਨਾ ਕਰਕੇ ਇੱਕ ਬੁਰੇ ਤਮਾਹੀ ਨਤੀਜੇ ਦਾ ਚਿਹਰਾ ਦੇਖ ਰਹੀ ਹੈ ਕੰਪਨੀ ਨੇ ਆਪਣੀ ਚੌਥੀ ਤਮਾਹੀ ਦੇ ਨਤੀਜੇ ਪੇਸ਼ ਕੀਤੇ ਇਸ ਤੋਂ ਬਾਅਦ ਇਨ੍ਹਾਂ ਸ਼ੇਰਾਂ ਦੇ ਵਿੱਚ 25 ਫੀਸਦੀ ਤੱਕ ਗਿਰਾਵਟ ਦੇਖੀ ਗਈ ਹੈ ਇਸ ਦੇ ਲਾਭ ਦੀ ਉਮੀਦ ਤੋਂ ਵੱਧ ਗਿਰਾਵਟ ਆਈ ਹੈ ਫੇਸਬੁਕ ਦੇ ਐਕਟਿਵ ਯੂਜ਼ਰ ਚ ਵੱਡੀ ਗਰਾਵਟ ਆਈ ਹੈ ਕਈ ਕਾਰਨਾ ਕਰਕੇ ਇਸ ਦਾ ਯੂਜ਼ਰ ਬੇਸ ਘਟਿਆ ਇਸ ਦੀ ਐਡ ਬਿਜ਼ਨਸ ਤੇ ਅਸਰ ਪਿਆ ਕੰਪਨੀ ਨੇ ਕਹਿਣਾ ਹੈ ਕਿ ਟੈਕ ਦੀ ਦਿੱਗਜ ਕੰਪਨੀ ਐਪਲ ਦੀ ਇੱਕ ਪਾਲਿਸੀ ਕਰਕੇ ਉਸ ਦੀ ਐਡ ਰੇਟਿੰਗ ਬਿਜ਼ਨਸ ਪ੍ਰਭਾਵਿਤ ਹੋਇਆ ਹੈ ਉਂਝ ਤਾਂ ਫੇਸਬੁਕ ਐਪ ਯੂਜ਼ਰ ਬੇਸ 2 ਬਿਲੀਅਨ ਯੂਜ਼ਰ ਰੋਜ਼ਾਨਾ ਆਇਆ ਜਿਸ ਵਿੱਚ ਦੁਨੀਆ ਭਰ ਤੋਂ 1 ਮਿਲੀਅਨ ਡੇਲੀ ਯੂਜ਼ਰ ਗਵਾਣਾ ਬਹੁਤ ਵੱਡਾ ਅੰਕੜਾ ਨਹੀਂ ਹੈ ਪਰ ਫਿਰ ਵੀ ਇੰਨੀ ਵੱਡੀ ਗ੍ਰਾਵਿਟੀ ਇਸ ਗੱਲ ਦਾ ਸੰਕੇਤ ਹੈ ਕਿ ਫੇਸਬੁੱਕ ਦੇ ਲਈ ਸਭ ਤੋਂ ਸਹੀ ਨਹੀਂ ਚੱਲ ਰਿਹਾ। ਮੁੱਖ ਮੰਤਰੀ ਚੰਨੀ ਨੇ ਪਧੌੜ ਤੋਂ ਚੋਣ ਪ੍ਰਚਾਰ ਦੌਰਾਨ ਦਿੱਤਾ ਭਰੋਸਾ। ਚੰਨੀ ਨੇ ਕਿਹਾ ਜੇਕਰ ਉਹ ਵਿਧਾਨ ਸਭਾ ਹਲਕਾ ਪਧੌੜ ਅਤੇ ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਦੋਵਾਂ ਤੋਂ ਚੋਣ ਜਿੱਤਦੇ ਹਨ ਅਤੇ ਪਧੌੜ ਨੂੰ ਨਹੀਂ ਛੱਡਣਗੇ ਤੇ 6 ਮਹੀਨੇ ਇੱਥੇ ਹੀ ਘਰ ਬਣਾ ਕੇ ਰਹਿਾਂਗੇ। ਵਿਧਾਨ ਸਭਾ ਚੋਣਾਂ ਬਠਿੰਡਾ ਜ਼ਿਲ੍ਹੇ ਤੋਂ 70 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ ਸੋ ਪੰਜਾਬ ਇਲੈਕਸ਼ਨ 2022 ਵਿੱਚ ਰਾਹੁਲ ਗਾਂਧੀ ਸੀਐਮ ਦੇ ਚਿਹਰੇ ਦਾ 6 ਫਰਵਰੀ ਨੂੰ ਕਰਨਗੇ ਐਲਾਨ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਜ਼ਬੂਤ ਪਕੜ ਬਣਾਉਣ ਲਈ ਕਾਂਗਰਸ ਪਾਰਟੀ ਐਤਵਾਰ ਨੂੰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਸਕਦੀ ਆ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਦਬਾਅ ਵਧ ਗਿਆ ਜਿਸ ਨੂੰ ਵੇਖਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਇਸ ਬਾਰੇ ਐਲਾਨ ਕਰ ਸਕਦੇ ਨੇ ਅਜੇ ਇਸ ਗੱਲ ਨੂੰ ਸਾਫ਼ ਨਹੀਂ ਕੀਤਾ ਗਿਆ ਜੇਕਰ ਥੋੜੀ ਜਹੀ ਹੋਰ ਕੋਸ਼ਿਸ਼ ਕੀਤੀ ਜਾਂਦੀ ਤਾਂ ਕਰਤਾਰਪੁਰ ਸਾਹਿਬ ਭਾਰਤ ਦਾ ਹਿੱਸਾ ਹੁੰਦਾ ਰਾਜਨਾਥ ਸਿੰਘ ਉਹਨਾਂ ਨੇ ਕਿਹਾ ਜੀ ਗੁਰੂ ਨਾਨਕ ਦੇਵ ਜੀ ਦਾ ਅੰਤਿਮ ਵਿਸ਼ਰਾਮ ਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅੰਤਰਰਾਸ਼ਟਰੀ ਸਰਹੱਦ ਤੋਂ ਸਿਰਫ 5 ਕਿਲੋਮੀਟਰ ਦੂਰ ਹੈ ਉਹਨਾਂ ਨੇ ਕਿਹਾ ਜੇਕਰ ਥੋੜੀ ਜਹੀ ਹੋਰ ਕੋਸ਼ਿਸ਼ ਕੀਤੀ ਜਾਂਦੀ ਤਾਂ ਕਰਤਾਰਪੁਰ ਸਾਹਿਬ ਵੀ ਭਾਰਤ ਦੇ ਵਿੱਚ ਹੋਣਾ ਸੀ ਉਹਨਾਂ ਨੇ ਕਿਹਾ ਜੀ ਸਵਾਰਤੀ ਹਿੱਤ ਵੱਖ-ਵੱਖ ਭਾਈਚਾਰਿਆਂ ਦਰਮਿਆਨ ਪੈਦਾ ਕਰ ਪਾੜਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਰਕਾਰ ਅਜਿਹਾ ਨਹੀਂ ਹੋਣ ਦੇਵੇਗੀ। ਮੀਤ ਹੇਰ ਦੇ ਹੱਕ 'ਚ ਭਗਵੰਤ ਮਾਨ ਨੇ ਕੀਤਾ ਰੋਡ ਸ਼ੋਅ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਉਡਾਈਆਂ ਧਜੀਆਂ। ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਧਜੀਆਂ ਉਡਾਈਆਂ ਗਈਆਂ ਭਗਵੰਤ ਮਾਨ ਵੱਲੋਂ ਮੀਤ ਹਾ ਹੇਰ ਦੇ ਹੱਕ 'ਚ ਵੱਡਾ ਰੋਸ਼ੋ ਕੱਢਿਆ ਗਿਆ ਦੋ ਸੰਘੇੜਾ ਪਿੰਡ ਤੋਂ ਸ਼ੁਰੂ ਹੋ ਕੇ ਬਰਨਾਲਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਗਿਆ ਜਿੱਥੇ ਟ੍ਰੈਫਿਕ ਜਾਮ ਹੋ ਗਿਆ। ਫਰੀਦਕੋਟ ਦੇ ਪਿੰਡ ਪੁਰਜ ਜਵਾਰ ਸਿੰਘ ਵਾਲਾ ਜਿ ਡੇਰਾ ਪ੍ਰੇਮੀ ਦੀ ਹੱਤਿਆ ਮਾਮਲੇ 'ਚ ਤਿੰਨ ਦੋਚੀਆਂ ਨੂੰ ਉਮਰਕੈਦ ਫਰੀਦਕੋਟ ਦੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਵਿਖੇ ਗੋਲੀਆਂ ਮਾਰ ਕੇ ਡੇਰਾ ਪ੍ਰੇਮੀ ਗੁਰਦੇਵ ਦਾ ਕਤਲ ਕਰ ਦਿੱਤਾ ਗਿਆ ਜਿਸ ਮਾਮਲੇ ਵਿੱਚ આરોપીਆਂ ਨੂੰ ਅੱਜ ਫਰੀਦਕੋਟ ਦੀ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ ਜਾਣਕਾਰੀ ਮੁਤਾਬਕ 13 ਜੂਨ 2016 ਨੂੰ ਪਿੰਡ ਬੁਰਜ ਜਵਾਰ ਸਿੰਘ 'ਚ ਕਰੀਆਨੇ ਦੀ ਦੁਕਾਨ ਕਰਦੇ ਪ੍ਰੇਮੀ ਗੁਰਦੇਵ ਨੂੰ ਕੁਝ ਲੋਕਾਂ ਵੱਲੋਂ ਗੋਲੀ ਮਾਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਡੀ ਐਮ ਸੀ ਹਸਪਤਾਲ ਚ ਉਸ ਦੀ ਮੌਤ ਹੋ ਗਈ ਸੀ। ਇਸੇ ਹੀ ਪਿੰਡ ਵਿੱਚ 2015 ਦੇ ਵਿੱਚ 1 ਜੂਨ ਨੂੰ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ। ਗੁਰਦੇਵ ਦੀ ਦੁਕਾਨ ਇਸੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸੀ ਕਿਤੇ ਨਾ ਕਿਤੇ ਸਰੂਪ ਚੋਰੀ ਮਾਮਲੇ ਦੀ ਸਾਜ਼ਿਸ਼ ਇਸ ਤੇ ਹੀ ਸ਼ੱਕ ਜਤਾਇਆ ਜਾ ਰਿਹਾ ਸੀ ਜਿਸ ਦੀ ਇਹ ਹੱਤਿਆ ਦੀ ਵਜ੍ਹਾ ਮੰਨੀ ਜਾ ਰਹੀ ਹੈ ਗੁਰਦੇਵ ਦੇ ਵਕੀਲ ਅਨੁਸਾਰ ਹੱਤਿਆ ਦੇ ਕੁਝ ਦਿਨ ਬਾਅਦ ਫਿਰੋਜ਼ਪੁਰ ਚ ਆਰਮਜ਼ ਐਕਟ ਤਹਿਤ ਮਾਮਲਾ ਥਾਣਾ ਮੱਲਾਂਵਾਲਾ ਪੁਲਿਸ ਨੇ ਤਿੰਨ ਨੌਜਵਾਨ ਗੁਰਪ੍ਰੀਤ ਸਿੰਘ, ਸ਼ੋਕਮਾਰਤ ਜਸਵੰਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਨੇ ਆਪਣੇ ਜੁਰਮ ਜਿਹੜਾ ਆਪਣਾ ਮੰਨ ਲਿਆ ਸੀ ਉਹਨਾਂ ਨੇ ਕਿਹਾ ਜੀ ਉਸਨੂੰ ਸਿੱਖ ਧਰਮ ਦੇ ਖਿਲਾਫ ਗਲਤ ਬੋਲਦਾ ਸੀ ਜਿਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਸੀਐਮ ਦੇ ਚਿਹਰੇ ਤੇ ਨਵਜੋਤ ਸਿੱਧੂ ਦਾ ਵੱਡਾ ਬਿਆਨ ਕਿਹਾ ਮਾਫੀਆ ਤੋਂ ਨਹੀਂ ਡਰਦੇ कोरोना ਚੂ ਦਿੱਲੀ ਚੂ করোনা پابੰਦੀਆਂ ਚੂ ਟਿਲ ਰਾਤ 11 ਵਜੇ ਤੋਂ ਕਰਫਿਊ ਕਾਲਜ ਜੇ ਮ ਸਕੂਲ ਖੁੱਲਣਗੇ ਵੱਡਾ ਐਲਾਨ ਕੀਤਾ ਗਿਆ ਜੀ ਉਪ ਮੁੱਖ ਮੰਤਰੀ ਮਨਦੀਸ਼ ਸੁਸੋਦੀਆ ਵੱਲੋਂ ਉਹਨਾਂ ਨੇ ਕਿਹਾ ਜੀ ਸੋਮਵਾਰ ਤੋਂ 9ਵੀਂ ਅਤੇ 12ਵੀਂ ਜਮਾਤ ਤੱਕ ਸਾਰੇ ਸਕੂਲ ਖੁੱਲਣ ਦਾ ਫੈਸਲਾ ਕੀਤਾ ਗਿਆ ਹੈ ਸਾਰੇ ਦਫ਼ਤਰ ਪੂਰੀ ਸਮਰੱਥਾ ਨਾਲ ਖੁੱਲਣਗੇ ਸੁਸੋਦੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦਿੱਲੀ ਆਪਤਨ ਪ੍ਰਬੰਧਨ ਅਥਾਰਟੀ ਦੀ ਮੀਟਿੰਗ ਵਿੱਚ پابੰਦੀਆਂ ਨੂੰ ਹੋਰ ਡਿਟੇਲ ਦੇਣ ਦਾ ਫੈਸਲਾ ਕੀਤਾ ਗਿਆ ਹੈ ਬੀਕੇਯੂ ਕਾਦੀਆਂ ਵੱਲੋਂ ਸਕੂਲ ਖਲਵਾਉਣ ਦੇ ਲਈ ਰੂਟ ਜਾਮ 7 ਫਰਵਰੀ ਨੂੰ ਸੋ ਵੱਡੀ ਖਬਰ ਹੈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵੱਲੋਂ ਕੀਤੀ ਗਈ ਅਪੀਲ ਦੇ ਆਧਾਰ ਤੇ ਪੰਜਾਬ ਭਾਰ ਵਿੱਚ ਬੰਦ ਕੀਤੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖਲਵਾਉਣ ਦੇ ਲਈ ਪੰਜਾਬ ਭਾਰ ਦੇ ਮੇਨ ਹਾਈਵੇ ਜਾਮ ਕੀਤੇ ਜਾਣਗੇ ਯੂਨੀਅਨ ਦੇ ਫੈਸਲੇ ਅਨੁਸਾਰ 메ਨ ਹਾਈਵੇ 7 ਫਰਵਰੀ ਦਿਨ ਸੋਮਵਾਰ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਪੂਰੀ ਤਰ੍ਹਾਂ ਜਾਮ ਕੀਤੇ ਜਾਣਗੇ ਕਿਉਂਕਿ ਪੰਜਾਬ ਸਰਕਾਰ ਜਾਣਬੁੱਝ ਕੇ ਕਰੋਨਾ ਦੀ ਆੜ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕਰ ਰਹੀ ਹੈ ਕੈਨੇਡਾ ਤੋਂ ਖਬਰਾਂ ਜਿੱਥੇ ਟਰੂਡੋ ਵੱਲ ਦੇ ਵਿਰੋਧ ਪ੍ਰਦਰਸ਼ਨ ਨੂੰ ਖਤਮ ਕਰਨ ਲਈ ਫੌਜੀ ਕਾਰਵਾਈ ਦਾ ਵਿਚਾਰ ਨਹੀਂ ਲੁਧਿਆਣਾ ਤੋਂ ਇੱਕ ਆਜ਼ਾਦ ਉਮੀਦਵਾਰ ਝੌਂਪੜੀ ਵਿੱਚ ਚੋਣ ਦਫ਼ਤਰ ਬਣਾ ਕੇ ਲੜ ਰਿਹਾ ਚੋਣਾ ਆਜ਼ਾਦ ਉਮੀਦਵਾਰ ਰਮਨਜੀਤ ਸਿੰਘ ਲਾਲੀ ਨੇ ਝੁੱਗੀ ਝੌਂਪੜੀ ਵਿੱਚ ਆਪਣਾ ਚੋਣ ਦਫ਼ਤਰ ਖੋਲ੍ਹਿਆ ਬਰਸਾਤ ਦੇ ਮੌਸਮ ਵਿੱਚ ਚੋਣ ਦਫ਼ਤਰ ਚੱਲ ਰਿਹਾ ਤੇ ਝੁੱਗੀ ਝੌਂਪੜੀ ਵਿੱਚ ਨੌਜਵਾਨ ਬੈਠੇ ਉਮੀਦਵਾਰ ਨਾਲ ਸੈਲਫੀਆਂ ਵੀ ਲੈ ਰਹੇ ਹਨ ਉਸਨੇ ਕਿਹਾ ਜੋ ਉਸਨੇ ਕਾਂਗਰਸ ਦਾ ਸਾਥ ਦਿੱਤਾ ਸੀ ਤੇ ਅੱਜ ਵੀ ਪਾਰਟੀ ਦਾ ਸਤਿਕਾਰ ਕਰਦਾ ਪਰ ਦਲਤ ਭਾਈਚਾਰੇ ਨੂੰ ਉਸ ਦਾ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਖੇਤੀ ਕਾਨੂੰਨ ਵਾਪਸ ਲਈ ਪੀਐਮ ਮੋਦੀ ਨੇ ਸੇਵਕ ਦੀ ਭੂਮਿਕਾ ਨਵਾਈ ਰਾਜਨਾਥ ਸਿੰਘ ਨੇ ਫਿਰ ਬਿਆਨ ਦਿੱਤਾ ਹੈ ਕੈਪਟਨ ਵਾਂਗ ਚੰਨੀ ਸਿੱਧੂ ਤੇ ਰੰਧਾਵਾ ਵੀ ਨਹੀਂ ਦੇ ਸਕਕੇ ਬੇਵਿਆਦ ਵਿਹਾਂ ਦਾ ਇਨਸਾਫ